नाभा जेल ब्रेक केस का मास्टरमाइंड रमनदीप सिंह रोमी जिसनु भारत सरकार की अपील से हांगकांग तो भारत लिया गया। रमनदीप रोमी जो कि 2018 तो हांगकांग की जेल विच बंद सी हुन अदालत के अगले आदेशों तक नाभा की नवी जिला जेल विच रहेगा। पंजाब पुलिस दिल्ली एयरपोर्ट तो लैंड करन तो बाद पंजाब लई रवाना हुई जिस तो बाद भारी पुलिस सुरक्षा की फोर्स अधीन रमनदीप रोमी नु पहला अदालत विच पेश करके न्यायिक हिरासत विच भेजा गया। उस तो बाद सिविल हस्पताल विखे मैडिकल भी करवाया गया। हुन वेखना यह होगा कि नाभा की जेल ब्रेक लई लोड़ींदा रमनदीप रोमी जो पूछगिछ लई पुलिस किस तरह जेल विचों रिमांड प्राप्त करके सफलता हासिल करेगी। ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਭਾ ਮੈਕਸੀਮ ਸਿਕਿਉਰਿਟੀ ਜੇਲ੍ਹ ਨਾਭਾ ਬ੍ਰੇਕ ਹੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟ੍ਰਾਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਰ ਪੁਲਿਸ ਪੁੱਛਗਿਛ ਕਿਵੇਂ ਕਰੇਗੀ ਇਸ ਤੋਂ ਪੁੱਛਗਿਛ ਕਿਵੇਂ ਹੋਏਗਾ ਉਹ ਸਾਡਾ ਅੱਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਪੁਲਿਸ ਦੀ ਵੀ ਕਾਫੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਕਿੰਨੀ ਮਿਹਨਤ ਸਾਰੇ ਐਫਰਟ ਸਾਰੇ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਇਹਦੇ 'ਚ ਗਵਰਨਮੈਂਟ ਦਾ ਜਿਹੜਾ ਹੈਗੀ ਹੈ ਸਪੋਰਟ ਹੈਗੀ ਆ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਆ ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ करीब 6 साल तो उते है गया सी जेल में। थैंक यू जी। हमारे कोचिंग इंस्टीट्यूट में बोथ स्कूलिंग एंड कोचिंग फैसिलिटी को लेंगे उनको कोई भी एक्स्ट्रा ट्यूशन या कोचिंग लेने की जरूरत नहीं पड़ेगी। उनका समय और उनका पैसा दोनों हमारे साथ एडमिशन लेने पे बच सकता है।